ਪਦਮ ਸ਼੍ਰੀ ਅਵਾਰਡ ਨਾਲ ਤੁਹਾਨੂੰ ਨਵਾਜਿਆ ਗਿਆ ਭਾਰਤ ਸਰਕਾਰ ਦੇ ਵੱਲੋਂ। ਮੈਨੂੰ ਪਤਾ ਲੱਗਾ ਜਦੋਂ ਤੁਹਾਨੂੰ ਫੋਨ ਆਇਆ, ਤੁਸੀਂ ਫੋਨ ਹੀ ਆਪਣਾ ਬੰਦ ਕਰਤਾ ਸੀ, ਤੁਸੀਂ ਕਿਹਾ ਕਿ ਕਿਤੇ ਫਰੋਡ ਕੰਮ ਨਾ ਹੋਵੇ। ਜਿਵੇਂ ਕਹਿੰਦੇ ਨਾ ਪੰਜਾਬ ਦੀ ਸਿਆਸਤ ਦਾ ਬਾਬਾ ਬੋਰਡ ਹੈ, ਅਮਿਤਾਬ ਬੱਚਨ ਹੈ, ਰਜਨੀਕਾਂਤ ਨੇ, ਉਹਦੇ ਕਹਿੰਦੇ ਪੰਜਾਬੀ ਇੰਡਸਟਰੀ ਦੀ ਬੀਬੀ ਬੋਰਡ ਜਿਹੜੇ ਨੇ ਉਹ ਨਿਰਮਲ ਹੋ ਰਹੀ ਨੇ। ਸਭ ਤੋਂ ਪਿਆਰੀ ਚੀਜ਼ ਤੁਹਾਨੂੰ ਕਿਹੜੀ ਲੱਗਦੀ? ਮੈਂ ਨਾ ਕਿਆ ਕਰੋ, ਮੈਨੂੰ ਬੇਬੇ ਕਿਆ ਕਰੋ। ਸਭ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ ਤੁਹਾਨੂੰ? ਬੇਬੇ ਦਾਦਾ ਜੀ, ਮੇਰੀ ਭੂਆ ਜੀ ਨੇ ਕਿਹਾ ਵੀ ਬਲਦੇਵ ਦੇ ਕੁੜੀ, ਮੇਰੇ ਫਾਦਰ ਦਾ ਨਾਮ ਬਲਦੇਵ, ਬਲਦੇਵ ਦੇ ਕੁੜੀ ਵੀ ਹੈ, ਕਹਿੰਦੇ ਪੱਥਰ ਜਾਂਦਾ। ਪਟਵਾਰੀ ਆਇਆ, ਕਹਿੰਦਾ ਵੀ ਇਸ ਬੇਟੀ ਦਾ ਕੀ ਨਾਂ ਹੈ? ਉਹ ਕਹਿੰਦੇ ਜੀ ਨਾ ਤਾਂ ਅਸੀਂ ਤਾਂ ਕੁਛ ਨੀ ਰੱਖਿਆ। ਉਹ ਫਿਰ ਉਹ ਨਿਰਮਲਾ ਰੱਖ ਕੇ ਗਿਆ ਸੀ। ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ, ਤੁਸੀਂ ਵਿਆਹ ਕਿਉਂ ਨਹੀਂ ਕਰਾਇਆ? ਮੈਨੂੰ ਨਹੀਂ ਸ਼ੌਕ ਸੀਗਾ ਵਿਆਹ। ਕਿਉਂ? ਜਾਂ ਕਈ ਵਾਰ ਹੁੰਦਾ ਪਿਆਰ 'ਚ ਧੋਖਾ ਮਿਲ ਗਿਆ, ਜਾਂ ਛੱਡੋ ਜੀ, ਇਹ ਤਾਂ ਕੋਈ ਗੱਲ ਨਹੀਂ। ਇਸ਼ਕ 'ਚ ਤਾਂ ਨਹੀਂ ਧੋਖਾ ਮਿਲਿਆ ਕਿ ਪੱਕੇ ਅਸੀਂ ਹੋ ਗਏ? ਇਹ ਜੀ ਕੋਈ ਮੇਰਾ ਮੈਂਟਲ ਮਾਈਂਡ ਹੀ ਨਹੀਂ ਸੀਗਾ ਮੈਂ ਵਿਆਹ ਕਰਾਵਾਂ। ਕੋਈ ਅਜਿਹੀ ਚੀਜ਼ ਜਿਹੜੀ ਤੁਹਾਨੂੰ ਕਮੀ ਖਲਦੀ ਹੋਵੇ ਜਦੋਂ ਤੁਹਾਨੂੰ ਅਵਾਰਡ ਦਿੱਤਾ ਗਿਆ, ਕਿਉਂਕਿ 80 ਸਾਲ ਦੀ ਉਮਰ 'ਚ ਆ ਕੇ ਪਦਮ ਸ਼੍ਰੀ ਮਿਲਣਾ? ਜਿਹੜੀ ਨਿਰੋਲ ਖੁਸ਼ੀ ਹੈ, ਟੋਟਲ ਖੁਸ਼ੀ ਹੈ, ਅੰਤਰਾਤਮਾ ਦੀ ਖੁਸ਼ੀ ਹੈ, ਮਾਂ ਬਾਪ ਤੋਂ ਸਿਵਾਏ ਕਿਸੇ ਕੋਈ ਨਹੀਂ ਕਰਦਾ। ਪ੍ਰਾਈਮ ਮਿਨਿਸਟਰ ਸਾਹਿਬ ਨੇ, ਮੋਦੀ ਸਾਹਿਬ ਨੇ ਅਤੇ ਆਪਣੇ ਇਕਬਾਲ ਜੀ ਲਾਲਪੁਰਾ ਨੇ ਰਿਕਮੈਂਡ ਕੀਤਾ ਪੰਜਾਬ ਲਈ, ਖੁਸ਼ ਹੋਏ ਹਾਂ ਵੀ ਇੱਕ ਰਸਤਾ ਖੋਲ੍ਹਤਾ, ਵੀ ਸਾਨੂੰ ਵੀ ਇਹ ਕੁਛ ਹੋ ਸਕਦਾ, ਸਾਡੇ ਨਾਲ ਵੀ ਪਦਮ ਸ਼੍ਰੀ ਸਾਨੂੰ ਵੀ ਮਿਲ ਸਕਦਾ। ਇੱਕ ਮਤਲਬ ਸੋਹਣੀ ਗੱਲ ਕੀਤੀ ਹੈਗੀ ਜਿਹਦੇ 'ਚ ਸਾਨੂੰ ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੋਈ ਹੈ। ਐਮੀ ਵੀ ਪਾਉਂਦਾ, ਕੇਪੀ ਵੀ ਪਾਉਂਦਾ, ਸ਼ਰਾਰਤੀ ਬੱਚੇ ਹੈ। ਤੰਗ ਕੌਣ ਖਿੱਚਦਾ ਸਭ ਤੋਂ ਜ਼ਿਆਦਾ? ਤੰਗ ਕਰਦਾ ਹੈ ਆਪਣਾ, ਐਮੀ ਵੀ ਕਰਦਾ ਤੰਗ, ਕੇਪੀ ਵੀ ਸ਼ਰਾਰਤੀ ਹੈ, ਵੈਸੇ ਕਰਦਾ ਰਹਿੰਦਾ ਹੈ। ਅੱਜ ਗੱਲ ਕਰਾਂਗੇ ਨਿਰਮਲ ਰਿਸ਼ੀ ਜੀ ਹੋਰਾਂ ਨਾਲ। ਕਿਸੇ ਨੂੰ ਉਹਨਾਂ ਦੇ ਵਿੱਚ ਆਪਣੀ ਦਾਦੀ ਦਿਖਦੀ ਹੈ, ਕਿਸੇ ਨੂੰ ਉਹਨਾਂ ਦੇ ਵਿੱਚ ਆਪਣੀ ਬੀਜੀ ਦਿਖਦੀ ਹੈ, ਕਿਸੇ ਨੂੰ ਭੂਆ ਦਿਖਦੀ ਹੈ, ਔਰ ਫਿਲਮੀ ਪਰਦੇ 'ਤੇ ਜਦੋਂ ਵੀ ਕਿਰਦਾਰ ਨਿਭਾਉਂਦੇ ਨੇ ਤਾਂ ਪੂਰੀ ਤਰੀਕੇ ਦੇ ਨਾਲ ਦਿਲਾਂ ਦੇ ਉੱਤੇ ਛਾ ਜਾਂਦੇ ਨੇ, ਔਰ ਅੱਜ ਭਾਰਤ ਸਰਕਾਰ ਵੱਲੋਂ ਵੀ ਉਹਨਾਂ ਨੂੰ ਪਦਮ ਸ਼੍ਰੀ ਵੱਲੋਂ ਨਵਾਜਿਆ ਗਿਆ, ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ ਹੋਇਆ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤਾਂ ਤੁਹਾਨੂੰ ਇਹ ਦੱਸੋ ਕਿ ਤੁਹਾਨੂੰ ਬੀਜੀ ਕਹੀਏ, ਨਾਨੀ ਕਹੀਏ, ਭੂਆ ਕਹੀਏ, ਮਾਸੀ ਕਹੀਏ, ਕਿਉਂਕਿ ਮੈਡਮ ਤਾਂ ਕਿਹਾ ਨਹੀਂ ਜਾਣਾ, ਜੋ ਮਰਜ਼ੀ ਕਹਿ ਲੋ। 80 ਸਾਲ ਦੀ ਤੁਹਾਡੀ ਉਮਰ, ਔਰ ਅੱਜ ਸਵੇਰੇ 7 ਵਜੇ ਤੁਹਾਡੇ ਨਾਲ ਗੱਲ ਹੋਈ ਕਿ ਤੁਸੀਂ ਕਿਹਾ ਕਿ ਮੈਂ ਰਾਈਟ ਟਾਈਮ ਪਹੁੰਚ ਜਾਣਾ, ਔਰ ਤੁਸੀਂ ਪਹੁੰਚ ਵੀ ਗਏ ਸਭ ਤੋਂ ਪਹਿਲਾਂ। ਹਾਂਜੀ ਹਾਂਜੀ, ਮੈਂ ਟਾਈਮ ਦਿੱਤਾ, ਮੈਂ ਗੱਲ ਦਰਅਸਲ ਸ਼ੁਰੂ ਤੋਂ ਹੀ ਮੈਨੂੰ ਟਾਈਮ ਦੀ ਮੈਂ ਪਾਬੰਦ ਹਾਂ, ਟਾਈਮ ਦੀ ਮੈਂ ਕਦਰ ਕਰਦੀ ਹਾਂ, ਟਾਈਮ ਨੇ ਮੇਰੀ ਕਦਰ ਕੀਤੀ ਹੁਣ ਇਸ ਵੇਲੇ। 80 ਸਾਲ ਦੀ ਉਮਰ ਦੇ ਵਿੱਚ ਪਦਮ ਸ਼੍ਰੀ ਅਵਾਰਡ ਨਾਲ ਤੁਹਾਨੂੰ ਨਵਾਜਿਆ ਗਿਆ ਭਾਰਤ ਸਰਕਾਰ ਦੇ ਵੱਲੋਂ। ਮੈਨੂੰ ਪਤਾ ਲੱਗਾ ਜਦੋਂ ਤੁਹਾਨੂੰ ਫੋਨ ਆਇਆ, ਤੁਸੀਂ ਫੋਨ ਹੀ ਆਪਣਾ ਬੰਦ ਕਰਤਾ ਸੀ, ਤੁਸੀਂ ਕਿਹਾ ਕਿ ਕਿਤੇ ਫਰੋਡ ਕੰਮ ਨਾ ਹੋਵੇ। ਅੱਜ ਕੱਲ੍ਹ ਹੁੰਦੇ ਨੇ ਨਾ ਇਹ ਜਿਹੇ ਕੰਮ, ਇਸ ਕਰਕੇ ਮੈਂ ਬੰਦ ਕਰਤਾ। ਕਿਵੇਂ ਜਦੋਂ ਤੁਹਾਨੂੰ ਫੋਨ ਆਇਆ, ਕੀ ਤੁਹਾਨੂੰ ਕਿੰਦਾ ਫੋਨ ਆਇਆ,
ਔਰ ਕੀ ਰਿਐਕਸ਼ਨ ਕੀ ਸੀ? ਪਤਾ ਨਹੀਂ ਕਿਸੇ ਦਾ ਆਇਆ ਸੀ ਫੋਨ ਵੀ ਤੁਹਾਨੂੰ ਤੁਹਾਡਾ ਵੀ ਇਸ ਤਰ੍ਹਾਂ ਵੀ ਤੁਹਾਡਾ ਮੇਰਾ ਵੇਰਵਾ ਪੁੱਛਿਆ ਉਹਨਾਂ ਨੇ। ਮੈਂ ਕਿਹਾ ਵੀ ਮੈਂ ਨਹੀਂ ਦੱਸਦਾ। ਹਾਂ ਮੈਂ ਕਿਹਾ ਠਹਿਰ ਜੋ, ਕੋਈ ਨਹੀਂ ਜੀ, ਗੱਲ ਕਰਦੀਆਂ। ਫਿਰ ਮੇਰੇ ਨਾਲ ਮੇਰੇ ਫਰੈਂਡ ਬੈਠੇ ਸੀ ਪੰਗੂ ਮੈਡਮ, ਉਹ ਕਹਿੰਦੇ ਕਰ ਲਓ ਭੈਣ ਜੀ ਗੱਲ। ਮੈਂ ਕਿਹਾ ਨਹੀਂ, ਮੈਂ ਨਹੀਂ ਕਰਦੀ ਵੀ ਅੱਜ ਕੱਲ੍ਹ ਫਰੋਡ ਬਹੁਤ ਹੈਗੇ ਆ, ਵੀ ਛੱਡੋ ਪਰ ਆਪਾਂ ਨਹੀਂ ਗੱਲ ਕਰਦੇ। ਫਿਰ ਉਸ ਤੋਂ ਬਾਅਦ ਆਪਣੇ ਗੁੱਗੂ ਜੀ ਦਾ ਫੋਨ ਆਇਆ, ਗੁੱਗੂ ਗਿੱਲ ਦਾ, ਕਿ ਭੈਣ ਜੀ ਉਹਨਾਂ ਨੇ ਇਸ ਤਰ੍ਹਾਂ ਕੀਤਾ। ਫਿਰ ਉਸ ਤੋਂ ਬਾਅਦ ਆਪਣੇ ਹਰਭਜਨ ਗਿੱਲ ਹੋਰਾਂ ਦੇ, ਹਰਭਜਨ ਬਿਲਕੁਲ ਹੋਰਾਂ ਦਾ ਬੇਟਾ ਸੀਗਾ DPRO, ਉਹਨੇ ਕਿਹਾ ਵੀ ਮੈਡਮ ਕਰ ਲਓ ਗੱਲ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਪਹਿਲਾਂ ਤਾਂ ਜਦੋਂ ਤੁਹਾਨੂੰ ਕਿਹਾ ਕਿ ਤੁਹਾਨੂੰ ਪਦਮ ਸ਼੍ਰੀ ਦੇ ਰਹੇ, ਤੁਸੀਂ ਫੋਨ ਬੰਦ ਕਰ ਲਿਆ? ਨਹੀਂ, ਪਦਮ ਸ਼੍ਰੀ ਨਹੀਂ, ਕੋਈ ਅਵਾਰਡ ਦੇ ਰਹੇ। ਅੱਛਾ, ਅਵਾਰਡ ਦੇ ਰਹੇ। ਕਿਸ ਦਾ ਫੋਨ ਆਇਆ ਸੀ? ਇਹ ਨਹੀਂ ਪਤਾ ਕੌਣ ਸੀ, ਕੋਈ ਹੈ ਸੀਗਾ। ਕਿੰਨੀ ਖੁਸ਼ੀ ਜਾਂ ਤੁਹਾਨੂੰ ਉਮੀਦ ਸੀਗੀ? ਨਹੀਂ, ਮੈਨੂੰ ਨਹੀਂ ਉਮੀਦ ਸੀ, ਮੈਂ ਕਿਉਂਕਿ ਐਡੀ ਉਮੀਦ ਲੈ ਕੇ ਜੰਮੇ ਵੀ ਨਹੀਂ ਸੀ। ਆਪਣੇ ਰਾਹ ਤੇ ਤੁਰਦੇ ਗਏ ਹਾਂ, ਜਿਵੇਂ ਜੋ ਕੁਛ ਰਾਹ ਤੇ, ਕੋਈ ਸਾਡੇ ਵੇਲੇ ਤਾਂ ਕੋਈ ਸੁਪਨਾ ਸੁਪਨਾ ਵੀ ਨਹੀਂ ਹੁੰਦਾ, ਕਦੇ ਸੁਪਨੇ ਆ ਸਾਡੇ, ਅਸੀਂ ਐਂ ਕਰਨਾ ਐਂ ਕਰਨਾ, ਅਸੀਂ ਕੁਛ ਵੀ ਨਹੀਂ ਸੋਚਿਆ ਸੀ, ਬਸ ਆਪਣੀ ਜ਼ਿੰਦਗੀ ਤੁਰੇ ਆਏ ਹਾਂ। ਜੋ ਕੁਛ ਰਾਹ 'ਚ ਮਿਲਦਾ ਰਿਹਾ, ਔਕੜਾਂ ਵੀ ਮਿਲਦੀਆਂ, ਸੌਖੇ ਵੀ ਹੋਏ ਹਾਂ, ਵੀ ਜੋ ਕੁਛ ਮਿਲਦਾ ਗਿਆ ਹੱਸੀ ਖੁਸ਼ੀ ਨਾਲ। ਜਿਵੇਂ ਕਹਿੰਦੇ ਨਾ, ਪੰਜਾਬ ਦੀ ਸਿਆਸਤ ਦਾ ਬਾਬਾ ਬੋਰਡ ਹੈ ਅਮਿਤਾਬ ਬੱਚਨ, ਰਜਨੀਕਾਂਤ ਨੇ, ਉਹਦਾ ਕਹਿੰਦੇ ਪੰਜਾਬੀ ਇੰਡਸਟਰੀ ਦੀ ਬੀਬੀ ਬੋਰਡ ਜਿਹੜੇ ਨੇ ਉਹ ਨਿਰਮਲ ਹੋ ਰਹੀ ਨੇ। ਨਹੀਂ ਨਹੀਂ ਨਹੀਂ, ਐਸੀ ਗੱਲ ਨਹੀਂ ਹੈ, ਹੋਰ ਵੀ ਬਹੁਤ ਅੱਛੇ ਅੱਛੇ ਆਰਟਿਸਟ ਹੈ। ਲੇਕਿਨ ਤੁਹਾਡੇ ਬੋਰਡ ਹੇਠਾਂ ਬਹੁਤ ਕਲਾਕਾਰ ਆਏ, ਸੁਪਰ ਸਟਾਰ ਬਣੇ, ਉਹਨਾਂ ਦਾ ਤੁਸੀਂ ਨਜ਼ਰੀਆ ਵੀ ਬਦਲਦੇ ਦੇਖਿਆ ਹੋਣਾ? ਹਾਂਜੀ ਹਾਂ, ਨਹੀਂ ਪਰ ਅੱਛੇ ਆ, ਮੇਰੇ ਲਈ ਤਾਂ ਖੈਰ ਸਭ ਅੱਛੇ ਆ, ਤਕਰੀਬਨ ਕੋਈ ਇਹੋ ਜਿਹਾ ਬੰਦਾ ਨਹੀਂ ਹੈ ਵੀ ਜਿਹੜੇ ਮੈਨੂੰ ਪਿਆਰ ਨਾ ਕਰੇ, ਰਿਸਪੈਕਟ ਕਰਦੇ ਆ ਸਾਰੇ, ਬਹੁਤ ਅੱਛੀ ਗੱਲ ਹੈ। ਜਦੋਂ ਤੁਹਾਡੇ ਅਵਾਰਡ ਮਿਲਣ ਦੀ ਖਬਰ ਆਈ, ਹਰ ਕਿਸੇ ਨੇ ਖੁਸ਼ੀ ਜ਼ਾਹਰ ਕੀਤੀ, ਕਿਸੇ ਨੇ ਵੀ ਆਲੋਚਨਾ ਨਹੀਂ ਕੀਤੀ। ਔਰ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ, ਮੈਨੂੰ ਪਤਾ ਲੱਗਾ ਕਿ ਘਰੋਂ ਤੁਸੀਂ ਤੀਸਰੀ ਧੀ, ਬੈਕ ਟੂ ਬੈਕ ਜੰਮੇ ਸੀਗੇ, ਔਰ ਤੁਹਾਡੇ ਦਾਦਾ ਜੀ ਬੜੇ ਨਿਰਾਸ਼ ਹੋਏ ਸੀ, ਉਹਨਾਂ ਨੇ ਪੱਥਰ ਤੁਹਾਨੂੰ ਕਹਿ ਦਿੱਤਾ। ਪਤਾ ਕੀ, ਉਹ ਦੇ ਵਰ ਰਾਈਟ, ਉਹ ਉਸ ਵੇਲੇ ਸੀਖ ਸੀ, ਕਿਉਂਕਿ ਉਸ ਵੇਲੇ ਕੁੜੀਆਂ ਦਾ ਇੰਨੇ ਇੰਨੇ ਹੋ ਜਾਣਾ, ਦੋ ਤਿੰਨ ਦਿਨ ਹੋ ਜਾਣਾ, ਕਿਉਂਕਿ ਮੇਰੇ ਦੋ ਬ੍ਰਦਰ ਦੀ ਪਹਿਲੇ ਡੈਥ ਹੋ ਚੁੱਕੀ ਸੀ। ਫਿਰ ਹੀ ਵਾਸ ਰਾਈਟ ਕਿ ਵੀ ਜੇ ਹੁਣ ਤੀਸਰੀ ਕੁੜੀ ਹੋ ਗਈ ਹੈ, ਹੁਣ ਵੀ ਕੀ ਕਰਾਂਗੇ। ਉਸ ਵਕਤ ਉਹ ਗੱਲ ਠੀਕ ਸੀ, ਜਿਵੇਂ ਹੁਣ ਕੀ ਕਹਿੰਦੇ ਜਦੋਂ ਤੁਸੀਂ ਪੈਦਾ ਹੋਏ। ਹਾਂ ਦਾਦਾ ਜੀ, ਮੇਰੇ ਭੂਆ ਜੀ ਨੇ ਕਿਹਾ ਵੀ ਬਲਦੇਵ ਦੇ ਕੁੜੀ, ਮੇਰੇ ਫਾਦਰ ਦਾ ਨਾਮ ਬਲਦੇਵ, ਬਲਦੇਵ ਦੇ ਕੁੜੀ ਹੈ, ਕਹਿੰਦੇ ਪੱਥਰ ਜੰਮਦਾ, ਪੱਥਰ ਜੰਮਦਾ, ਪੱਥਰ ਜੰਮਦਾ, ਕੋਈ ਗੱਲ ਨਹੀਂ, ਸਭ ਸ਼ੁਕਰ ਆ। ਪਰ ਕਹਿੰਦੇ 2 ਸਾਲ ਇੰਨਾ ਘਰ ਦੇ ਵਿੱਚ ਮਾਹੌਲ ਇਦਾਂ ਦਾ ਸੀ ਕਿ ਤੁਹਾਡਾ ਨਾਂ ਹੀ ਨਹੀਂ ਕਿਸੇ ਨੇ ਰੱਖਿਆ। ਉਹ ਤਾਂ ਕਹਿੰਦੇ ਪਟਵਾਰੀ ਦੇ ਜਦੋਂ ਨਾਮ ਲਿਖਾਣਗੇ ਤਾਂ ਪਹਿਲਾਂ ਘਰੇ ਮੁੰਨੀ ਮੁੰਨੀ ਕਹੀ ਜਾਂਦੇ ਸੀ, ਫਿਰ ਨਿਰਮਲਾ, ਇਹ ਥੋੜਾ ਜਿਹਾ ਦੱਸੋ। ਉਹ ਪਟਵਾਰੀ ਨੇ ਫਿਰ ਮੇਰਾ ਨਾਂ ਰੱਖਿਆ, ਕਿਸੇ ਨੇ ਨਾਂ ਨਹੀਂ ਰੱਖਿਆ। ਫਿਰ ਮੇਰੇ ਤਾਈ ਜੀ ਸੀ, ਨਹੀਂ ਘਰੇ 2 ਸਾਲ ਨਾ ਹੀ ਨਹੀਂ ਰੱਖਿਆ, ਕਿਉਂ ਨਹੀਂ ਰੱਖਿਆ? ਬਸ ਮੁੰਨੀ ਹੋਈ ਪੈ ਗਿਆ, ਹੋਰ ਕਿਸੇ ਨੂੰ ਪੁੱਛਣਾ ਪੁੱਛਣਾ ਤਾਂ ਕੀ ਸੀਗਾ, ਵੀ ਹੁਣ ਤੀਸਰੀ ਜੋ ਲੜਕੀ ਸੀਗੀ ਮੈਂ, ਤੇ ਮੇਰੇ ਮਦਰ ਤਾਂ ਖੈਰ ਬਹੁਤ ਨਾਈਸ ਸੀ, ਫਾਦਰ ਵੀ, ਪਰ ਐਵੇਂ ਜਿਵੇਂ ਭੂਆ ਜੀ ਹੁੰਦੀਆਂ, ਹੋਰ ਹੁੰਦੇ ਆ, ਹੋਰ ਰਿਸ਼ਤੇਦਾਰ, ਵੀ ਹੁਣ ਮੇਰੇ ਤੀਜੀ ਕੁੜੀ ਹੋ ਗਈ ਆ, ਬਸ ਮੁੰਨੀ ਮੁੰਨੀ ਕਹਿ ਕੇ ਮੁੰਨੀ ਹੋਈ ਨਾ ਹੋ ਗਿਆ। ਫਿਰ ਫਿਰ 2 ਸਾਲ ਪਟਵਾਰੀ ਨੇ ਨਿਰਮਲਾ ਰੱਖਿਆ, ਫਿਰ ਪਟਵਾਰੀ ਆਇਆ, ਕਹਿੰਦਾ ਵੀ ਇਸ ਬੇਟੀ ਦਾ ਕੀ ਨਾਂ ਹੈ? ਉਹ ਕਹਿੰਦੇ ਜੀ ਨਾਂ ਤਾਂ ਅਸੀਂ ਤਾਂ ਕੁਛ ਨਹੀਂ ਰੱਖਿਆ, ਉਹ ਫਿਰ ਉਹ ਨਿਰਮਲਾ ਰੱਖ ਕੇ ਗਿਆ ਸੀ ਨਾਂ। ਫਿਰ ਤੁਸੀਂ ਭੂਆ ਹੋਰਾਂ ਕੋਲ ਪੜ੍ਹਨ ਚਲੇ ਗਏ ਰਾਜਸਥਾਨ? ਹਾਂਜੀ ਹਾਂ। ਉਹ ਕਿਉਂ ਚਲੇ ਗਏ? ਕਿਉਂਕਿ ਸਾਡੇ ਪਿੰਡਾਂ 'ਚ ਪੜ੍ਹਾਈ ਹੈ ਨਹੀਂ ਸੀ, ਵੱਡਾ ਕੀਵਾ ਮਾਨਸਾ ਡਿਸਟ੍ਰਿਕਟ ਸੀਗਾ, ਉਹ ਤਾਂ ਕੁਛ ਵੀ ਨਹੀਂ ਸੀਗਾ, ਨਾ ਬੱਸਾਂ ਨਾ ਕੁਛ ਇਹੋ ਜਿਹੀ ਚੀਜ਼ ਹੈ ਹੀ ਨਹੀਂ ਸੀ। ਦੀਵਿਆਂ 'ਤੇ ਪੜ੍ਹਦੇ ਹੁੰਦੇ ਸੀਗੇ ਸਾਰੇ ਜਣੇ, ਅਤੇ ਫਿਰ ਉਹਨਾਂ ਨੇ ਮੇਰੇ ਮਦਰ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਚਲੋ ਰੋਟੀਆਂ ਪਕਾਉਂਦੀ ਹਾਂ, ਤੁਸੀਂ ਨਾ ਇਹੋ ਜਿਹਾ ਕੰਮ ਕਰੋ ਵੀ ਤੁਸੀਂ ਪੜ੍ਹੋ। ਫਿਰ ਮੇਰੇ ਭੂਆ ਜੀ ਲੈ ਗਏ ਸੀ ਮੈਨੂੰ ਉੱਥੇ, ਕਿਉਂਕਿ ਉਹ ਮੇਰੇ ਫੁੱਫੜ ਜੀ ਬਹੁਤ ਵੱਡੇ ਉੱਥੇ, ਮਤਲਬ ਉਹਨਾਂ ਦੇ ਸ਼ਰਾਬ ਦੇ ਠੇਕੇ ਸੀਗੇ ਬੀਕਾਨੇਰ ਡਿਵੀਜ਼ਨ ਦੇ, ਯੂ ਆਰ ਵੈਰੀ ਰਿਚ ਮੈਨ,
ਫਿਰ ਉਹਨਾਂ ਕੋਲ ਮੈਂ ਰਹਿ ਕੇ ਪੜ੍ਹੀ ਹਾਂ 14 ਸਾਲ। ਔਰ ਉਸ ਤੋਂ ਬਾਅਦ ਤੁਸੀਂ ਥੀਏਟਰ ਚ 1966 ਤੋਂ ਪਹਿਲਾਂ ਆ ਗਏ ਸੀਗੇ, ਲੇਕਿਨ ਪਹਿਲਾਂ ਤੁਹਾਡਾ ਨਹੀਂ, ਪਹਿਲਾਂ ਮੈਂ ਸਕੂਲ ਚ ਡਰਾਮੇ ਕਰਦੀ ਹੁੰਦੀ ਸੀ, ਫਿਰ ਉਸ ਤੋਂ ਬਾਅਦ ਮੈਂ ਆਪਣੇ ਕਾਲਜ ਚ ਵੀ ਕਰਦੀ ਰਹੀ ਹਾਂ। ਸਕੂਲ ਚ ਮੈਂ ਪਹਿਲਾਂ ਡਰਾਮਾ ਕੀਤਾ ਸੀ, ਆਪਣੇ ਰਵਿੰਦਰ ਨਾਥ ਟੈਗੋਰ ਦਾ ਡਰਾਮਾ ਕੀਤਾ ਸੀਗਾ, ਹਾਂਜੀ ਪਹਿਲਾ ਡਰਾਮਾ, ਫਿਰ ਉਸ ਤੋਂ ਬਾਅਦ ਲੜੀ ਬਣ ਗਈ, ਫਿਰ ਫਿਰ ਉਸ ਤੋਂ ਬਾਅਦ ਮਤਲਬ ਕੰਟੀਨਿਊਸਲੀ ਕਰਦੀ ਰਹੀ ਮੈਂ ਪਲੇ ਕਰਦੀ ਸੀ, ਸਪੋਰਟਸ ਵਿੱਚ ਵੀ ਸੀ, NCC ਦਾ ਵੀ ਮੈਂ ਕੋਰਸ ਕੰਪਲੀਟ ਕੀਤਾ, J1 J2 ਸਰਟੀਫਿਕੇਟ, ਫਿਰ ਸ਼ੂਟਰ ਆਪਣੇ ਡਿਸਟ੍ਰਿਕਟ ਦੀ ਰਹੀ ਹਾਂ, ਹਰ ਐਕਟੀਵਿਟੀ ਚ ਪਾਰਟੀਸਪੇਟ ਕਰਦੇ ਸੀ, ਕੋਈ ਨੀ ਛੱਡੀ ਐਕਟੀਵਿਟੀ। ਲੇਕਿਨ ਤੁਹਾਡਾ ਜਿਹੜਾ ਕਿਰਦਾਰ ਸੀ ਗੁਲਾਬੋ ਮਾਸੀ ਵਾਲਾ, ਹਾਂਜੀ ਹਾਂ, ਉਹ ਤਾਂ ਹਰ ਕਿਸੇ ਦੇ ਦਿਲ ਦੇ ਵਿੱਚ ਵਸ ਗਿਆ, ਉਹਦੀਆਂ ਦੋ ਲਾਈਨਾਂ ਜਾਂ ਉਹਦਾ ਉਹ ਅੰਦਾਜ਼ ਗੁਲਾਬੋ ਮਾਸੀ ਵਾਲਾ ਥੋੜਾ ਜਿਹਾ ਹੋ ਜੇ। ਉਹ ਆ ਵੀ ਮੈਂ ਤਾਂ ਤੂੰ ਤੂੰ ਫਿਰ ਇਹ ਨੱਕ ਬਣਾਉਣ ਨੂੰ, ਮੈਂ ਫਿਰ ਨੱਕ ਦਿੱਤਾ ਉਹਨੂੰ, ਪਿਪੜੀ ਦੇ ਪਿੱਤਾ ਪੱਤ ਵਾਲੀ, ਪਿਪੜੀ ਦੇ ਪੱਤ ਵਰਗੀ ਕੁੜੀ, ਤੈਨੂੰ ਕਿਵੇਂ ਦੇ ਦਾਂ ਡੁੱਚਣ ਨੂੰ। ਮੈਂ ਜਦੋਂ ਫਿਰ ਨਿੱਕਾ ਜੈਲਦਾਰ ਤੁਸੀਂ ਬੰਦੂਕ ਲੈ ਕੇ ਆ ਜਾਂਦੇ, ਉਹ ਤੇ ਫਿਰ ਸਾਰੇ ਅੱਗੇ ਅੱਗੇ ਭਜਦੇ, ਪਿੱਤਣ ਦੀ ਨੀ ਮੇਰੀ ਬੰਦੂਕ, ਮਤਲਬ ਇਹ ਜਿਹਾ ਅੱਛਾ ਸੀ ਉਹ ਕਿਰਦਾਰ, ਮੈਨੂੰ ਅੱਛਾ ਲੱਗਿਆ, ਲੋਕ ਪਸੰਦ ਕਰਦੇ ਨੇ ਉਸਨੂੰ। ਗੱਲ ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈ, ਜੋ ਲੋਕ ਜਿਹੜੀ ਚੀਜ਼ ਨੂੰ ਪਸੰਦ ਕਰਦੇ ਨਾ, ਪਸੰਦ ਉਹੀ ਆਉਂਦੀ ਹੈ। ਲੇਕਿਨ ਤੁਹਾਡਾ ਜਿਹੜਾ ਦਾਬਾ ਹੈ ਨਾ, ਉਹ ਇੱਕ ਅਜਿਹਾ ਲੱਗਦਾ ਕਿ ਵਾਕਈ ਦਾਦੀ ਕੋਈ ਦਾਬਾ ਮਾਰ ਰਹੀ, ਕੋਈ ਬੀਜੀ ਦਾਬਾ ਮਾਰ ਰਹੀ, ਔਰ ਜਦੋਂ ਅਸੀਂ ਵੀ ਦੇਖੀ ਤਾਂ ਏਦਾਂ ਹੀ ਲੱਗਦਾ। ਅੱਛਾ, ਉਹ ਫਿਰ ਮੇਰਾ ਸੁਭਾਅ ਸ਼ੁਰੂ ਤੋਂ ਹੀ ਇਹੋ ਜਿਹਾ, ਕਿਉਂਕਿ ਮੈਂ ਐਂ ਨਹੀਂ ਬਈ ਕੋਈ ਗੱਲ ਗਾਲ ਦਿਆਂ, ਵੀ ਕੋਈ ਗੱਲ ਨਹੀਂ, ਕੋਈ ਗੱਲ ਹੋ ਕੇ ਕੋਈ ਗੱਲ ਨਹੀਂ, ਮੈਂ ਕਰਨਾ ਚਾਹੁੰਦੀ, ਗੱਲ ਕਰਨਾ ਚਾਹੁੰਦੀ ਹਾਂ, ਪਰ ਪਰਫੈਕਟ ਗੱਲ ਕਰਨਾ ਚਾਹੁੰਦੀ, ਕਿਉਂਕਿ ਪੰਜਾਬੀ ਇੰਡਸਟਰੀ 'ਚ ਮਹਿਲਾਵਾਂ ਦੀ ਗੱਲ ਘੱਟ ਹੁੰਦੀ ਹੈ, ਔਰ ਲੇਕਿਨ ਜਿਹੜੀ ਤੁਸੀਂ ਬੂਹੇ ਬਾਰੀਆਂ ਫਿਲਮ ਕੀਤੀ ਪਿਛਲੇ ਦਿਨਾਂ, ਜੋ ਸਾਰੀ ਇੰਡਸਟਰੀ ਦੀਆਂ ਬਿਹਤਰੀਨ ਕਲਾਕਾਰ, ਹਾਂਜੀ ਸਾਰੀਆਂ, ਔਰ ਉਹਨਾਂ ਨੇ ਵੱਟ ਕੱਟਤੇ, ਹਾਂਜੀ, ਔਰ ਉਹਨਾਂ ਵਿੱਚ ਵੀ ਤੁਸੀਂ ਸਭ ਤੋਂ ਸੀਨੀਅਰ ਔਰ ਬੀਜੀ। ਉਹ ਫਿਰ ਮੈਂ ਵੱਡੀ ਸੀ ਤੇ ਉਹ ਮੇਰੇ ਤੋਂ ਜੂਨੀਅਰ ਹੈਗੀਆਂ, ਆਪਣੇ ਰੂਪੀ ਮੈਡਮ, ਪੰਗੂ ਮੈਡਮ, ਸੀਮਾ, ਸਾਰੀਆਂ ਜੂਨੀਅਰ, ਰਾਜ, ਜਿੰਨੀਆਂ ਵੀ ਸਾਰੀਆਂ ਛੋਟੀਆਂ ਸੀਗੀਆਂ। ਉਹ ਬੂਹੇ ਬਾਰੀਆਂ ਦੀ ਕੋਈ ਲਾਈਨ ਹੋ ਜਾਵੇ, ਬੂਹੇ ਬਾਰੀਆਂ ਦੀ ਕੋਈ ਵੀ ਦਬਕਾ ਹੋ ਜਾਵੇ, ਬੇਸਿਕਲੀ ਹਾਂ ਬਈ ਮੈਂ ਤੈਨੂੰ ਹਟਾਉਣਾ ਨਹੀਂ, ਮੈਂ ਤਾਂ ਤੇਰਾ ਕੀ ਕਹਿੰਦੇ ਆ, ਮੈਂ ਤੇਰਾ ਯਾਦ ਨਹੀਂ ਆ ਰਿਹਾ, ਕੋਈ ਗੱਲ ਨਹੀਂ। ਲੇਕਿਨ ਤੁਹਾਡਾ ਜਿਹੜਾ ਦਬਕਾ ਨਾ, ਹੋਰ ਕਿਸੇ ਦੇ ਦਿਲ ਤੇ ਇੰਡਸਟਰੀ ਚ ਤੁਸੀਂ ਆਫ ਰਿਕਾਰਡ ਵੀ ਇਦਾਂ ਹੀ ਦਬਕੇ ਮਾਰਦੇ ਹੋ, ਕਿਸੇ ਨੂੰ ਦਬਕਾ ਮਾਰਿਆ ਕਿਸੇ ਵੱਡੇ ਕਲਾਕਾਰ? ਹਾਂ, ਵੱਡੇ ਕਲਾਕਾਰ ਨੂੰ ਤਾਂ ਨਹੀਂ, ਪਰ ਜਿਵੇਂ ਕੰਮ ਕਰਦੇ ਆ ਮੁੰਡੇ, ਤੇ ਉਹਨਾਂ ਨੂੰ ਕਹਿੰਦੇ ਵੀ ਇਹ ਕਿਉਂ ਐਂ ਕੀਤਾ, ਕਿਉਂ ਕੀਤਾ, ਮੈਂ ਤਾਂ ਫਿਰ ਜੇ ਵੈਨਿਟੀ ਨਾਲ ਚੰਗੀ ਮਿਹਨਤ, ਮੈਂ ਕਹੂੰ ਮੈਂ ਕਾਰ 'ਚ ਮੇਕਅਪ ਕਰਾਊਂਗੀ, ਮੈਂ ਹੁਣ ਤੁਹਾਡੀ ਵੈਨਿਟੀ 'ਚ ਨਹੀਂ ਜਾਣਾ। ਫਿਰ ਉਹ ਕਰਦੇ ਆ ਵਿਚਾਰੇ, ਤੇ ਉਹ ਵੈਰੀ ਨਾਈਸ ਤੇ ਕਰ ਦਿੰਦੇ ਕਿ ਮੈਡਮ ਗੁੱਸੇ ਹੋ ਗਿੱਪੀ ਨੂੰ ਜਾਂ ਕਿਸੇ ਨੂੰ ਦਬਕਾ ਮਾਰਿਆ ਕਦੇ, ਝਿੜਕੇ ਜੈਮੀ ਨੂੰ ਝਿੜਕਿਆ ਕਦੇ? ਉਹ ਫਿਲਮ 'ਚ ਝਿੜਕਿਆ, ਵੈਸੇ ਨਹੀਂ, ਵੈਸੇ ਨਹੀਂ ਝਿੜਕਿਆ, ਮੁੰਡੇ ਇੰਨੇ ਚੰਗੇ ਆ ਜੀ, ਉਹਨਾਂ ਨੂੰ ਕੀ ਕਾਮ ਹੈ, ਵੈਰੀ ਲਵੇਬਲ ਪਰਸਨ। ਜਦੋਂ ਇੰਡਸਟਰੀ ਦੀ ਗੱਲ ਹੁੰਦੀ ਹੈ, ਕਹਿੰਦੇ ਕਿ ਦਾਦੀ ਬੀਜੀ ਨੂੰ ਸਾਰਾ ਪਤਾ ਹੁੰਦਾ, ਸਭ ਤੋਂ ਲੇਟ ਲਤੀਫ ਦੱਸੋਗੇ ਕੌਣ ਹੈ? ਲੇਟ ਲਤੀਫ ਕੋਈ ਨਹੀਂ, ਟਾਈਮ ਸਿਰ ਆਉਣ ਵਾਲੇ ਹੀ ਆ ਸਾਰੇ, ਅਮਰਿੰਦਰ ਤੋਂ ਲੈ ਲਓ, ਐਮੀ ਤੋਂ, ਆਪਣੇ ਗਿੱਪੀ, ਡਿਸਿਪਲਿਨ ਬਾਹਲਾ ਹੀ ਆ ਉਹਦੇ, ਗਿੱਪੀ 'ਚ ਡਿਸਿਪਲਿਨ, ਟਾਈਮ ਸਿਰ ਆਉਣਾ, ਐਮੀ ਵੀ ਆਉਂਦਾ, ਮਤਲਬ ਸਾਰੇ ਅਮਰਿੰਦਰ ਹੋਰੇ ਆਉਂਦੇ ਹੁੰਦੇ ਸੀਗੇ,
ਮਤਲਬ ਜਿੰਨੇ ਵੀ ਆਰਟਿਸਟ ਹੈਗੇ ਸਾਰੇ ਵਕਤ ਸਿਰ ਆਉਣ ਵਾਲੇ ਆ ਜੀ। ਔਰ ਸਭ ਤੋਂ ਮਾਹੌਲ ਬਣਨ ਵਾਲਾ ਕਿਹੜਾ ਵਾ? ਖੱਪ ਖੁੱਪ ਸਾਰੇ ਪਾਉਂਦੇ, ਗਿੱਪੀ ਵੀ ਪਾਉਂਦਾ, ਐਮੀ ਵੀ ਪਾਉਂਦਾ, ਗਿੱਪੀ ਵੀ ਪਾਉਂਦਾ, ਸ਼ਰਾਰਤੀ ਬੱਚੇ। ਤੰਗ ਕੌਣ ਕਰਦਾ ਸਭ ਤੋਂ ਜ਼ਿਆਦਾ? ਤੰਗ ਕਰਦਾ ਆਪਣਾ ਐਮੀ ਵੀ ਕਰਦਾ ਤੰਗ, ਗਿੱਪੀ ਵੀ ਸ਼ਰਾਰਤੀ ਹੈ, ਵੈਸੇ ਕਰਦਾ ਰਹਿੰਦਾ ਇਹ ਜਿਹੀਆਂ ਗੱਲਾਂ। ਦੂਸਰਾ, ਕਿਉਂਕਿ ਇੰਡਸਟਰੀ ਦੀ ਗੱਲ ਹੋ ਰਹੀ ਹੈ, ਤੁਸੀਂ ਇੱਕ ਵੱਖਰੀ ਤਰ੍ਹਾਂ ਦੀ ਛਾਪ ਛੱਡੀ ਹੈ, ਲੇਕਿਨ ਤੁਸੀਂ ਇੱਕ ਆਵਾਜ਼ ਇਹ ਵੀ ਚੁੱਕਦੇ ਰਹੇ ਹੋ ਕਿ ਜਿਹੜੇ ਛੋਟੇ ਕਲਾਕਾਰ ਨੇ, ਜਿਹੜੇ ਸਾਥੀ ਕਲਾਕਾਰ ਨੇ, ਜਿਹੜੇ ਸਪੋਰਟ ਕਰਦੇ ਨੇ, ਹਾਂਜੀ, ਉਹਨਾਂ ਨੂੰ ਕਈ ਵਾਰ ਇੰਡਸਟਰੀ ਪੂਰੇ ਪੈਸੇ ਨਹੀਂ ਦਿੰਦੀ, ਜਾਂ ਕਈ ਵਾਰ ਉਹਨਾਂ ਦੇ ਪੈਸੇ ਰੇਟ ਕਰ ਦਿੱਤੇ ਜਾਂਦੇ, ਜਾਂ ਬਹੁਤ ਘੱਟ ਪੈਸੇ ਜਿਹੜੇ ਦਿੱਤੇ ਜਾਂਦੇ। ਪਰ ਪਤਾ ਨਹੀਂ ਪ੍ਰੋਡਿਊਸਰ ਕਰਦੇ ਆ ਕਿ ਵਿੱਚ ਵਾਲੇ ਕੋਈ ਕਰਦਾ ਕਰ ਦਿੰਦੇ ਨੇ, ਪਰ ਮੈਂ ਕਹਿੰਦੀ ਹਾਂ ਵੀ ਜੇ ਤੁਸੀਂ ਥੋੜੇ ਪੈਸੇ ਕਹੇ ਥੋੜੇ ਦੇ ਦਿਓ, ਵਾਲੇ ਕਹੇ ਵਾਲੇ ਦੇ ਦਿਓ, ਪਰ ਦੇ ਦਿਓ ਕਿਸੇ ਤੋਂ ਵੀ ਕੰਮ ਕਰਾਓ, ਹੂਸਵੇਅਰ ਦ ਪਰਸਨ ਇਜ਼ ਵਰਕਿੰਗ ਫਾਰ ਯੂ, ਉਹਨੂੰ ਪੈਸੇ ਜ਼ਰੂਰ ਦਿਓ, ਥੋੜੇ ਦੇ ਦਿਓ। ਕਈ ਤਾਂ ਅਸੀਂ ਦੇਖਿਆ ਕਿ ਬੜੀ ਤੰਗੀ ਦੇ ਹਾਲਤ ਵਿੱਚ, ਔਰ ਜਦੋਂ ਕੰਮ ਨਹੀਂ ਮਿਲਦਾ ਉਹਨਾਂ ਦੇ ਪਰਿਵਾਰ, ਫਿਰ ਔਖਾ ਹੋ ਜਾਂਦਾ ਜੀ। ਮੈਂ ਨਹੀਂ ਚਾਹੁੰਦੀ ਵੀ ਕੋਈ ਆਰਟਿਸਟ, ਕੋਈ ਵੀ ਇਨਸਾਨ ਔਖਾ ਹੋਵੇ, ਵੀ ਉਹਨੂੰ ਡਿਊ ਨਾ ਮਿਲੇ, ਕਿਉਂਕਿ ਸਾਰੀ ਜ਼ਿੰਦਗੀ ਦੇ ਜਿਹੜੇ ਝਗੜੇ ਹੈ ਨਾ ਭਾਈ ਸਾਹਿਬ, ਉਹ ਨਾ ਡਿਊ ਨਾ ਮਿਲਣ 'ਤੇ ਹੈ। ਡਿਊ ਮੇਰਾ ਮਤਲਬ ਜੋ ਕੁਛ ਕਰਦੇ ਨੇ ਉਹਨਾਂ ਨੂੰ ਮਿਲਦਾ ਨਹੀਂ, ਜੋ ਚਾਹੇ ਇੱਜ਼ਤ ਹੈ, ਚਾਹੇ ਕੰਮ ਹੈ, ਚਾਹੇ ਕੁਛ ਵੀ ਹੈ। ਜੇ ਹੁਣ ਤੁਸੀਂ ਕੋਈ ਕੰਮ ਅੱਛਾ ਕੰਮ ਕਰੀ ਜਾਓਗੇ, ਆਪਾਂ ਉਹਨੂੰ ਇੱਜ਼ਤ ਨਾ ਕਰੀਏ, ਅੱਛਾ ਆਪਣੇ ਕੀ ਹੈ, ਬਹੁਤ ਅੱਛਾ ਕੀਆ, ਬਹੁਤ ਅੱਛਾ ਕੀਆ, ਆਪਾਂ ਡਿਊ ਨਾ ਦਈਏ, ਉਹ ਬੰਦਾ ਉਦਾਸ ਹੋ ਜਾਂਦਾ ਵੀ ਮੈਂ ਤਾਂ ਇਤਨਾ ਕੰਮ ਕਰ ਰਿਹਾ ਹਾਂ, ਇਹ ਮੇਰੇ ਕੋਲ ਕੁਛ ਵੀ ਨਹੀਂ ਕਹਿ ਰਹੇ ਹੈ। ਅੱਛਾ ਮਤਲਬ ਹਰ ਇੱਕ ਨੂੰ ਉਸ ਹਰ ਪਲੇਸ 'ਤੇ ਰਿਸਪੈਕਟ ਦੇਣੀ ਬਹੁਤ ਜ਼ਰੂਰੀ ਹੈ। ਪੈਸਾ ਦੀ ਥਾਂ 'ਤੇ ਪੈਸੇ, ਇੱਜ਼ਤ ਦੀ ਥਾਂ 'ਤੇ ਇੱਜ਼ਤ, ਕੰਮ ਕਰਾਇਆ ਉਹਨੂੰ ਥੈਂਕ ਯੂ ਕਰਨਾ, ਇਹ ਬਹੁਤ ਜ਼ਰੂਰੀ ਗੱਲਾਂ ਨੇ ਜੀ। ਇਹ ਜ਼ਿੰਦਗੀ ਨੂੰ ਬਣਾਉਂਦੀਆਂ ਨੇ, ਚਾਹੇ ਥੋੜ੍ਹੇ ਪੈਸੇ ਮਿਲਣ, ਘਾਟ ਨਹੀਂ ਮਿਲਦੀ, ਪਰ ਇੱਜ਼ਤ ਜ਼ਰੂਰ ਕਰਨੀ ਚਾਹੀਦੀ ਹੈ ਹਰ ਇੱਕ ਦੀ। ਥੈਂਕ ਯੂ। ਦੂਸਰਾ ਮੈਂ ਵੀ ਕਿ ਤੁਸੀਂ ਨਾਟਕ ਰੰਗਮੰਚ ਦੇ ਪਲੇਟਫਾਰਮ ਤੋਂ ਆਏ, ਤੁਸੀਂ ਇਹ ਹੁਣ ਲਗਾਤਾਰ ਦੇਖ ਰਹੇ ਹੋ ਸ਼ੋਹਰਤ, ਬੁਲੰਦੀਆਂ, ਸਾਰਾ ਕੁਛ, ਕੀ ਫਰਕ ਕੀ ਨਜ਼ਰ ਆਉਂਦਾ ਨਾਟਕ ਕਰਨ ਵਾਲਿਆਂ 'ਚ? ਉਹ ਤਿੰਨ ਤਿੰਨ ਮਹੀਨੇ, ਚਾਰ ਚਾਰ ਮਹੀਨੇ ਰਿਹਰਸਲ ਕਰੀ ਜਾਂਦੇ ਆ, ਸ਼ੋਅ ਦੇਖਣ ਬਹੁਤ ਘੱਟ ਲੋਕ ਆਉਂਦੇ ਆ, ਜਾਂ ਉਸ ਤਰੀਕੇ ਨਾਲ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਜਾਂ ਸ਼ੋਹਰਤ ਨਹੀਂ ਮਿਲਦੀ, ਪਰ ਐਂ ਲਗਨ ਹੈ ਜੀ, ਸ਼ੌਕ ਹੈ। ਕਈ ਵਾਰੀ ਜਿਵੇਂ ਆਪਣੇ ਹੈਗੇ ਪੰਜਾਬ 'ਚ ਬੰਦੇ, ਕੇਵਲ ਧਾਲੀਵਾਲ ਜੀ ਨੇ ਹੁਣ ਫਿਲਮ ਕੀਤੀ ਹੈ, ਉਹ ਡਰਾਮੇ ਕਰਦੇ ਹੈਗੇ ਆ, ਉਹ ਸ਼ੌਕ ਹੈ, ਕਿਉਂਕਿ ਸ਼ੌਕ ਦਾ ਤਾਂ ਕੋਈ ਮੁੱਲ ਹੈ ਨਹੀਂ, ਉਹ ਤਾਂ ਪੈਸਾ ਹੀ ਦੀ ਗੱਲ ਹੀ ਨਹੀਂ ਹੈਗੀ। ਡਰਾਮੇ 'ਚ ਪੈਸੇ ਮਿਲਦੇ ਵੀ ਨਹੀਂ ਸੀਗੇ, ਹੁੰਦੇ ਵੀ ਨਹੀਂ, ਲੋਕ ਵੀ ਨਹੀਂ ਦੇਖਦੇ ਸੀ, ਆਹ ਹੁਣ ਥੋੜ੍ਹੇ ਥੋੜ੍ਹੇ ਦੇਖਣ ਲੱਗੇ। ਜਿਵੇਂ ਅਸੀਂ ਪਟਿਆਲੇ ਸ਼ੋਅ ਕਰਦੇ ਹਾਂ, ਮਿਸਟਰ ਟਿਵਾਣਾ ਦਾ ਬੇਟਾ ਕਰਦਾ ਮਨਪਾਲ, ਤਾਂ ਲੋਕ ਆਉਂਦੇ ਆ। ਪਤਾ ਲੱਗਾ ਸੀ ਕਿ ਟਿਵਾਣਾ ਸਾਹਿਬ ਨੇ ਜਿਹੜਾ ਸ਼ੋਅ ਸ਼ੁਰੂ ਕੀਤਾ ਸੀ, ਉਹ ਤੁਸੀਂ ਅੱਜ ਵੀ ਕਰ ਰਹੇ ਹੋ ਉਹਨਾਂ ਦੇ ਬੇਟੇ ਦੇ ਨਾਲ, ਅੱਜ ਵੀ ਤੁਸੀਂ ਉਹ ਆਪਣੀ ਭੂਮਿਕਾ ਨਿਭਾਉਂਦੇ ਹੋ। ਹਾਂਜੀ ਹਾਂ, ਨਾਲੇ ਅਸੀਂ ਨਾ ਥੀਏਟਰ ਪੈਸੇ ਨਾਲ ਸ਼ੁਰੂ ਕੀਤਾ ਸੀ, 2 ਰੁਪਏ ਦੀ ਟਿਕਟ, 5 ਰੁਪਏ ਦੀ, ਫਿਰ 5 ਰੁਪਏ ਦੀ, 10 ਰੁਪਏ ਦੀ ਟਿਕਟ, ਟਿਕਟਡ ਸ਼ੋਅ ਮਿਸਟਰ ਟਿਵਾਣਾ ਨੇ ਸ਼ੁਰੂ ਕੀਤਾ ਸੀ, ਵੀ ਥੀਏਟਰ ਦੇ ਵਿੱਚ ਮੁਫਤ ਕਿਉਂ ਦੇਖਣ ਆਉਣ, ਵੀ ਟਿਕਟ ਲਾਓ। ਇਸ ਤੋਂ ਹੀ ਮੈਂ ਪਹਿਲੀ ਤੁਹਾਡੀ ਫਿਲਮ ਜਾਂ ਸ਼ੋਅ ਕਰਨ ਦੇ ਤੁਹਾਨੂੰ ਕਿੰਨੇ ਪੈਸੇ ਮਿਲੇ ਸੀ? ਮੈਨੂੰ ਲੱਗਦਾ ਪਹਿਲੀ ਫਿਲਮ ਕਰਨ ਦੇ 11,000 ਮਿਲੇ ਹੋਣਗੇ, ਮੈਨੂੰ 11,000 ਰੁਪਏ ਮਿਲੇ ਸੀ, ਪਤਾ ਨਹੀਂ ਉੱਚਾ ਦਰ ਬਾਬਾ ਨਾਨਕ ਵਾਲਿਆਂ ਨੇ ਕੀਤੀ ਸੀ, ਸ਼ਾਇਦ ਜ਼ਿਆਦਾ ਮਿਲੇ ਹੋਣ, ਪਰ ਮੈਨੂੰ ਲੱਗਦਾ ਇੰਨੇ ਕਿ ਵੀ 25,000 ਮਿਲ ਗਿਆ ਹੋਊਗਾ, ਬਸ ਇੰਨਾ ਕੁ ਮਿਲੇ। ਦੂਸਰਾ ਮੈਮ, ਇਹ ਵੀ ਹੈ ਕਿ ਅੱਜ ਕੱਲ੍ਹ ਤਾਂ ਕੁੜੀਆਂ ਅੱਗੇ ਆਉਣ ਲੱਗ ਪਈਆਂ ਇੰਡਸਟਰੀ ਦੇ ਵਿੱਚ, ਲੇਕਿਨ ਜਦੋਂ ਤੁਹਾਡਾ ਟਾਈਮ ਸੀ, ਜਦੋਂ ਤਾਂ ਕਹਿੰਦੇ ਕਿ ਤੀਜੀ ਕੁੜੀ ਜੰਮੀ ਤਾਂ ਉਦੋਂ ਦਾਦਾ ਕਹਿ ਰਿਹਾ ਕਿ ਪੱਥਰ ਨਾਮ, ਤੁਹਾਡੇ ਲਈ ਕਿੰਨਾ ਔਖਾ ਸੀਗਾ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਆਏ? ਘਰਦਿਆਂ ਨੇ ਰੋਕਿਆ, ਮਨਾ ਕੀਤਾ ਕਿ ਨਾ ਆਓ, ਜਾਂ ਤੁਹਾਨੂੰ ਲੱਗਾ ਕਿ ਘਰਦਿਆਂ ਨੇ ਕਿਹਾ ਕਿ ਜਿੱਥੇ ਨਿਰਮਲਾ ਨੂੰ ਲੱਗਦਾ, ਕਿਉਂਕਿ ਨਿਰਮਲ ਹੁਣ ਕਹਿੰਦੇ ਪਹਿਲਾਂ ਨਿਰਮਲਾ ਨਾਮ ਸੀ, ਹਾਂਜੀ, ਤੇ ਨਿਰਮਲਾ ਨੂੰ ਜਿੱਥੇ ਲੱਗਦਾ ਜਾਂ ਮੁੰਨੀ ਨੂੰ ਜਿੱਥੇ ਲੱਗਦਾ ਉਹ ਕੰਮ ਕਰੇ? ਉਹਨਾਂ ਨੂੰ ਇਹੀ ਲੱਗਦਾ ਰਿਹਾ ਵੀ ਜਿੱਥੇ ਚਿੱਤ ਹੈ ਨਾ, ਵੀ ਇਹ ਠੀਕ ਹੀ, ਕਿਉਂਕਿ ਗੱਲ ਇਹ ਕਿ ਪੇਰੈਂਟਸ ਨੂੰ ਤੁਹਾਨੂੰ ਭਰੋਸਾ ਦਿਵਾਉਣਾ ਪੈਂਦਾ,
ਵੀ ਤੁਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਦੱਸਣਾ ਵੀ ਪੈਂਦਾ ਵੀ ਬੀਬੀ ਮੈਂ ਆਹ ਕੀਤਾ, ਬਾਈ ਜੀ ਮੈਂ ਆਹ ਕੀਤਾ, ਮੈਂ ਉੱਥੇ ਗਈ ਸੀ, ਫਿਰ ਮੈਂ ਉੱਥੇ ਗਈ ਸੀ, ਫਿਰ ਮੈਂ ਐਂ ਕੀਤਾ, ਮੈਂ ਖੇਡਾਂ 'ਚ ਐਂ ਕੀਤਾ, ਐਂ ਕੀਤਾ, ਕਿਉਂਕਿ ਜਦ ਤੱਕ ਤੁਸੀਂ ਪੇਰੈਂਟਸ ਨੂੰ ਭਰੋਸਾ ਨਹੀਂ ਦਿਵਾਉਂਦੇ ਤਾਂ ਫਿਰ ਪੇਰੈਂਟਸ ਤੁਹਾਡੇ 'ਤੇ ਸ਼ੱਕ ਕਰਦੇ ਆ। ਆਪਾਂ ਪੇਰੈਂਟਸ ਨੂੰ ਪੂਰਾ ਭਰੋਸਾ ਦਵਾਇਆ ਹੋਇਆ ਸੀ ਵੀ ਮੈਂ ਹੁਣ ਆਹ ਕਰ ਰਹੀ ਹਾਂ, ਵੀ ਮੈਂ ਹੁਣ ਆਹ ਕਰ ਰਹੀ ਹਾਂ, ਮੈਂ ਹੁਣ ਇੱਥੇ ਰਹਿ ਰਹੀ ਹਾਂ, ਮੈਂ ਹੁਣ ਇੱਥੇ ਬੈਠੀ ਹਾਂ, ਉਹਨਾਂ ਨੂੰ ਮੇਰੇ ਪੂਰਾ ਭਰੋਸਾ ਸੀ ਵੀ ਜੋ ਕੁਛ ਕਰਦੇ ਹਾਂ। ਪਹਿਲਾਂ ਤੁਸੀਂ ਕਿਹਾ ਕਿ ਮੈਂ ਥੀਏਟਰ ਜੁਆਇਨ ਕਰ ਰਿਹਾ, ਹਾਂਜੀ, ਮਨਾ ਕੀਤਾ ਜਾਂ ਉਹਨਾਂ ਦਾ ਕੀ ਰਿਐਕਸ਼ਨ ਕੀ ਸੀ? ਨਾ ਨਾ ਨਾ, ਉਹਨਾਂ ਨੇ ਕੁਛ ਵੀ ਮਨਾ ਨਹੀਂ ਕੀਤਾ, ਕਿ ਮੈਂ ਫਿਜ਼ੀਕਲ ਐਜੂਕੇਸ਼ਨ 'ਚ ਪੜ੍ਹਨ ਆਈ ਸੀ, ਇਹ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਦੋਨੋਂ ਮੀਆਂ ਬੀਬੀ ਆਏ ਸੀ, ਇਹਨਾਂ ਨੂੰ ਕੁੜੀਆਂ ਦੀ ਲੋੜ ਸੀ, ਇਹਨਾਂ ਕਿਹਾ ਡਰਾਮਾ ਕਰੇਗੀ, ਮੈਂ ਕਿਹਾ ਹਾਂਜੀ ਮੈਂ ਕਰੂੰਗੀ, ਉੱਥੇ ਮੈਂ ਕਰਦੀ ਹੁੰਦੀ ਸੀ ਅਤੇ ਉੱਥੇ ਮੋਨੋ ਐਕਟਿੰਗ ਫਿਜ਼ੀਕਲ ਐਜੂਕੇਸ਼ਨ ਕਾਲਜ ਕੀਤੀ ਅਤੇ ਕਿਸੇ ਨੇ ਦੱਸਿਆ ਵੀ ਸਾਡੇ ਕੋਲ ਕੁੜੀਆਂ ਹੈਗੀਆਂ ਤੁਸੀਂ ਲੈ ਲਓ, ਬਸ ਉਸ 1966 ਤੋਂ ਫਿਰ ਮੈਂ ਉਹਨਾਂ ਨਾਲ ਲਈ ਹਾਂਜੀ। ਤੁਸੀਂ ਪੜ੍ਹਾਉਂਦੇ ਵੀ ਰਹੇ, ਰਿਟਾਇਰ ਹੋਏ ਤੁਸੀਂ? ਹਾਂਜੀ ਹਾਂ, ਫਿਜ਼ੀਕਲ ਦੇ ਡਿਪਾਰਟਮੈਂਟ। ਥੋੜ੍ਹਾ ਜਿਹਾ ਉਸ ਬਾਰੇ ਦੱਸੋਗੇ? ਹਾਂ ਵਧੀਆ ਰਿਹਾ ਮੇਰਾ, ਮਤਲਬ ਚੈਲੇਂਜਸ ਤਾਂ ਰਹੀਆਂ ਪਰ ਮੈਂ ਕਾਲਜ 'ਚ ਵੀ ਇਵੇਂ ਮਸ਼ਹੂਰ ਸੀ, ਡਰਦੇ ਸੀ ਦਬਕੇ ਬਾਰੇ, ਮਸ਼ਹੂਰ ਇਸ ਕਰਕੇ ਕਿ ਵੀ ਹੁਣ ਪਤਾ ਵੀ ਮੈਡਮ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਜੇ ਕੁੜੀ ਆਪਣੇ ਰਜਿਸਟਰ ਲੈ ਕੇ ਆਉਂਦੀਆਂ, ਸਿਕਿਉਰਟੀ ਲੈਣ ਆਉਂਦੀਆਂ ਤਾਂ 100-100 ਰੁਪਏ ਸਿਕਿਉਰਟੀ ਹੁੰਦਾ ਸੀ ਅਤੇ ਕਲਰਕਾਂ ਨੇ ਕਹਿਣਾ ਕੱਲ੍ਹ ਅਜੇ ਪਰਸੋਂ ਆ ਜਾਓ, ਉਹਨਾਂ ਦੇ ਬੇਚਾਰੇ 400-400 ਰੁਪਏ ਖਰਚੇ ਜਾਣ, ਫਿਰ ਮੈਂ ਲੜਦੀ ਸੀ ਜਾ ਕੇ ਵੀ ਇਹ ਪਿੰਡਾਂ ਦੀਆਂ ਕੁੜੀਆਂ ਹੈਗੀਆਂ ਤੁਸੀਂ ਇਹਨਾਂ ਨੂੰ ਪੈਸੇ ਨਹੀਂ ਦੇ ਸਕਦੇ, ਜਾਂ ਹੋਸਟਲ 'ਚ ਜਾਣਾ, ਜਾਂ ਹੋਸਟਲ ਦੀਆਂ ਕੁੜੀਆਂ ਨੇ ਸ਼ਿਕਾਇਤ ਲਾਉਣੀ, ਉਹਨਾਂ ਦੇ ਪੇਰੈਂਟਸ ਨੇ ਪੀਪੇ ਪੂਪੇ ਚੱਕ ਕੇ ਉਹਨੇ ਦਾਖਲ ਕਰਾਉਣਾ, ਤਾਂ ਫਿਰ ਮੈਂ ਉਹਨਾਂ ਨੂੰ ਰਸਤੇ 'ਚ ਨਹੀਂ ਉੱਥੇ ਹੋਸਟਲ ਛੱਡ ਕੇ ਆਉਂਦੀ, ਕਮਰਾ ਦਬਾ ਕੇ ਆਉਂਦੀ ਪੂਰੇ ਦਾਬੇ ਦੇ ਨਾਲ, ਦਾਬੇ ਨਾਲ। ਦੂਸਰੇ ਵੀ ਕਿ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ, ਤੁਸੀਂ ਵਿਆਹ ਕਿਉਂ ਨਹੀਂ ਕਰਾਇਆ? ਮੈਨੂੰ ਨਹੀਂ ਸ਼ੌਕ ਸੀਗਾ ਵਿਆਹ, ਕਿਉਂ? ਬਸ ਮੇਰਾ ਸ਼ੁਰੂ ਤੋਂ ਮੇਰਾ ਬੈਂਟ ਆਫ ਮਾਈਂਡ ਸੀ, ਕਿਉਂਕਿ ਸ਼ੁਰੂ ਤੋਂ ਮੈਂ ਸਪੋਰਟਸ ਵਿੱਚ ਮੈਂ ਜਿੱਥੇ ਵੀ ਰਹੀ ਹਾਂ, ਮੈਂ ਆਪਣੇ ਕਾਲਜ 'ਚ ਸੈਕਟਰੀ ਰਹੀ, ਵਾਈਸ ਪ੍ਰੈਜੀਡੈਂਟ ਰਹੀ 2 ਸਾਲ, ਸੈਕਿੰਡ ਈਅਰ 'ਚ ਕੋਈ ਪ੍ਰੈਜੀਡੈਂਟ ਨਹੀਂ ਚੁਣਦਾ, ਮੈਂ ਸੈਕਿੰਡ ਈਅਰ 'ਚ ਵੀ ਪ੍ਰੈਜੀਡੈਂਟ ਸੀ, ਥਰਡ ਈਅਰ 'ਚ ਵੀ ਪ੍ਰੈਜੀਡੈਂਟ, ਗਵਰਨਮੈਂਟ ਕਾਲਜ ਹੈ ਸਾਡਾ ਗੰਗਾਨਗਰ, ਸਭ ਨੂੰ ਪਤਾ ਵੀ ਮੈਂ ਉਹਨਾਂ ਦਿਨਾਂ 'ਚ ਵੀ ਮੈਂ ਵੱਡੀ ਰਹੀ ਹਾਂ। ਘਰਦਿਆਂ ਨੇ ਕਿਹਾ ਨਹੀਂ ਕਿ ਵਿਆਹ ਕਰਾ ਲਾ? ਕਿਹਾ ਦੋ, ਇੱਕ ਦੋ ਵਾਰੀ ਕਿਹਾ, ਫਾਦਰ ਨੇ ਪਿੱਛੇ ਪਏ ਸੀ, ਮੈਂ ਕਿਹਾ ਮੇਰੇ ਬਾਰੇ ਸੋਚੋ ਨਾ, ਮੈਂ ਜੋ ਕੁਛ ਕਰੂੰਗੀ ਠੀਕ ਹੀ ਕਰੂੰਗੀ, ਨਾ ਕਰੂੰਗੀ। ਲੇਕਿਨ ਵਜ੍ਹਾ ਕੀ ਸੀਗੀ, ਕੀ ਰੀਜ਼ਨ, ਕੋਈ ਰੀਜ਼ਨ ਹੁੰਦਾ ਹੈ? ਨਾ ਨਾ ਨਾ, ਵਜ੍ਹਾ ਕੋਈ ਨਹੀਂ ਸੀਗੀ, ਜਾਂ ਕਈ ਵਾਰ ਹੁੰਦਾ ਪਿਆਰ 'ਚ ਧੋਖਾ ਮਿਲ ਗਿਆ, ਜਾਂ ਛੱਡੋ ਜੀ ਇਹ ਤਾਂ ਕੋਈ ਗੱਲ ਨਹੀਂ, ਇਸ਼ਕ 'ਚ ਤਾਂ ਨਹੀਂ ਧੋਖਾ ਮਿਲਿਆ ਕਿ ਪੱਕੇ ਅਸੀਂ ਹੋ ਗਏ, ਇਹੋ ਜਿਹੀ ਕੋਈ ਮੇਰਾ ਮੈਂਟਲ ਮਾਈਂਡ ਹੀ ਨਹੀਂ ਸੀਗਾ ਮੈਂ ਵਿਆਹ ਕਰਾਵਾਂ, ਲੋਕਾਂ ਇਹ ਕੁੜੀਆਂ ਐਂ ਕਰਦੀਆਂ ਐਂ ਕਰਦੀਆਂ, ਵਿਆਹ ਕੱਪੜੇ ਲੀੜੇ ਮਿਲਦੇ ਆ ਕਾਲਜ 'ਚ, ਉਸ ਵੇਲੇ ਮੁੰਡੇ ਤਾਂ ਬੜੇ ਮਗਰ ਪਏ ਹੋਣੇ ਤੁਹਾਡੇ? ਨਹੀਂ ਨਹੀਂ, ਮੇਰੇ ਮਗਰ ਕੋਈ ਨਹੀਂ ਪਿਆ, ਟੂ ਬੀ ਵੈਰੀ ਫਰੈਂਕ, ਨਾ ਮੈਂ ਕਿਸੇ ਦੇ ਮਗਰ ਪਈ ਹਾਂ, ਨਾ ਮੇਰੇ ਮਗਰ, ਕਿਸੇ ਨੇ ਪ੍ਰਪੋਜ਼ ਕੀਤਾ ਸੀ? ਨਹੀਂ, ਕਿਸੇ ਨੇ ਨਹੀਂ ਕੀਤਾ, ਕਿਸੇ ਨੇ ਛੇੜਿਆ ਤਾਂ ਕੀਤਾ, ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕੋਈ ਮੈਨੂੰ ਐਂ ਕਹਿ ਦੇ ਕਿ ਮੈਂ ਤੁਹਾਡੇ ਨਾਲ ਕੋਈ, ਕਿਸੇ ਨਾਟ ਇਵਨ ਅ ਸਿੰਗਲ ਪਰਸਨ। ਅੱਜ ਘਰੇ ਕੌਣ ਕੌਣ ਹੈ? ਹਾਂਜੀ, ਅੱਜ ਘਰੇ ਕੌਣ ਕੌਣ ਹੈ? ਹੁਣ ਤਾਂ ਮੇਰੇ ਬ੍ਰਦਰ ਹੈ ਛੋਟਾ, ਭਾਬੀ ਹੈ, ਉਹਨਾਂ ਦੇ ਬੱਚੇ ਹੈਗੇ ਆ, ਮੇਰਾ ਵੱਡਾ ਬ੍ਰਦਰ ਹੈਗਾ। ਲੇਕਿਨ ਅੱਜ ਹਰ ਕੋਈ ਤੁਹਾਨੂੰ ਪੂਰਾ ਪੰਜਾਬ ਜਾਂ ਕਹੀਏ ਕਿ ਜਿੱਥੇ ਪੰਜਾਬੀ ਵੱਸਦਾ, ਭਾਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਉਹ ਤੁਹਾਨੂੰ ਆਪਣੀ ਮਾਂ ਦੇਖਦਾ, ਬੀਜੀ ਦੇਖਦਾ, ਨਾਨੀ ਦੇਖਦਾ। ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਬੀਜੀ ਕਹਿੰਦੇ ਜਾਂ ਨਾਨੀ ਕਹਿੰਦੇ ਜਾਂ ਕੀ ਕਹਿੰਦੇ? ਬੇਬੇ ਵੀ ਕਹਿੰਦੇ ਆ, ਬੇਬੇ ਨਾ, ਬੇਬੇ ਵੀ ਕਹਿੰਦੇ ਆ, ਬੀਜੀ ਵੀ ਕਹਿੰਦੇ ਆ, ਮਾਂ ਵੀ ਕਹਿੰਦੇ ਆ। ਸਭ ਤੋਂ ਪਿਆਰੀ ਚੀਜ਼ ਤੁਹਾਨੂੰ ਕਿਹੜੀ ਲੱਗਦੀ? ਮੈਂ ਨਾ ਕਿਹਾ ਕਰੋ, ਮੈਨੂੰ ਬੇਬੇ ਕਹਿ ਦਿਆ ਕਰੋ। ਸਭ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ ਤੁਹਾਨੂੰ? ਬੇਬੇ, ਬੇਬੇ, ਬੀਜੀ, ਬੀਜੀ ਕਹਿਣਾ, ਬੇਬੇ ਕਹਿਣਾ। ਔਰ ਜਦੋਂ ਸ਼ੂਟਿੰਗ ਚੱਲਦੀ ਹੈ ਸਾਰੇ ਮੈਡਮ ਕਹਿੰਦੇ ਆ, ਬੇਬੇ ਕਹਿੰਦੇ, ਮੈਡਮ ਮੈਡਮ ਕਹਿੰਦੇ। ਕੋਈ ਅਜਿਹੀ ਚੀਜ਼ ਜਿਹੜੀ ਤੁਹਾਨੂੰ ਕਮੀ ਖਲਦੀ ਹੋਵੇ ਜਦੋਂ ਤੁਹਾਨੂੰ ਅਵਾਰਡ ਦਿੱਤਾ ਗਿਆ, ਕਿਉਂਕਿ 80 ਸਾਲ ਦੀ ਉਮਰ 'ਚ ਆ ਕੇ ਪਦਮ ਸ਼੍ਰੀ ਮਿਲਣਾ, ਤੁਹਾਨੂੰ ਲੱਗਾ ਕਿ ਯਾਰ ਅੱਜ ਉਹ ਹੁੰਦਾ ਤਾਂ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਣੀ ਸੀਗੀ? ਨਹੀਂ, ਮਤਲਬ ਪੇਰੈਂਟਸ ਦਾ ਹੀ ਹੁੰਦਾ, ਮਾਂ ਬਾਪ ਦਾ ਹੀ। ਹੋਰ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਨਿਰੋਲ ਖੁਸ਼ੀ ਹੈ, ਟੋਟਲ ਖੁਸ਼ੀ ਹੈ, ਅੰਤਰ ਆਤਮਾ ਦੀ ਖੁਸ਼ੀ ਹੈ, ਮਾਂ ਬਾਪ ਤੋਂ ਸਿਵਾਏ ਕਿਸੇ ਕੋਈ ਨਹੀਂ ਕਰਦਾ।
ਚਾਹੇ ਕੋਈ ਕਿੰਨਾ ਹੀ ਕੁਛ ਹੋਵੇ, ਕਿੰਨਾ ਹੀ ਪਿਆਰ ਕਰੇ, ਉਹ ਉਹਨਾਂ ਤੋਂ ਸਿਵਾਏ ਕੋਈ ਨਹੀਂ ਕਰਦਾ, ਫਿਰ ਵੀ ਕਿਸੇ ਨਾ ਕਿਸੇ ਦਿਲ 'ਚ ਰਹਿ ਜਾਂਦੀ ਹੈ, ਉਹਨਾਂ ਦੀ ਕਮੀ ਖਲਦੀ ਹੈ। ਪਰ ਸੋਲ ਰਾਈਟ, ਹੋਰ ਬਥੇਰੇ ਹੁਣ ਇੰਨੇ ਮਾਵਾਂ ਹੋਰ ਹੈਗੀਆਂ। ਜਦੋਂ ਤੁਹਾਨੂੰ ਅਵਾਰਡ ਮਿਲਿਆ ਇੰਡਸਟਰੀ 'ਚ, ਕੋਈ ਅਜਿਹਾ ਸ਼ਖਸ ਜਿਹਨੇ ਤੁਹਾਨੂੰ ਅਵਾਰਡ ਹਾਲੇ ਦੇਣਾ ਉਹਨਾਂ ਨੇ, ਅਵਾਰਡ ਦਾ ਅਨਾਊਂਸਮੈਂਟ ਹੋਈ ਜਦੋਂ, ਹਾਂਜੀ ਕੋਈ ਅਜਿਹਾ ਸ਼ਖਸ ਜਿਸ ਦਾ ਤੁਹਾਨੂੰ ਜਿਹੜੇ ਸ਼ਬਦ ਆ ਸਭ ਤੋਂ ਪਿਆਰੇ ਲੱਗੇ ਹੋ, ਕਿਆ ਚੀਜ਼ ਮੈਨੂੰ ਬੜੀ ਪਿਆਰੀ ਲੱਗੀ? ਕਿ ਕਿਉਂਕਿ ਖੁਸ਼ੀ ਤਾਂ ਸਾਰਿਆਂ ਨੇ ਜ਼ਾਹਰ ਕੀਤੀ, ਸਾਰਿਆਂ ਨੇ ਬੜੀ ਤਾਰੀਫ ਕੀਤੀ ਕਿ ਕਹਿੰਦੇ ਕਿ ਹਾਂ ਡਿਜ਼ਰਵ ਕਰਦੇ ਸੀ ਔਰ ਇਹਨਾਂ ਨੂੰ ਮਿਲਣਾ ਚਾਹੀਦਾ ਸੀ। ਮੈਨੂੰ ਜੀ ਸਾਰਿਆਂ ਨੇ ਬਹੁਤ ਅੱਛਾ ਅੱਛਾ ਲਿਖਿਆ ਮੇਰੇ ਬਾਰੇ, ਪਤਾ ਨਹੀਂ ਮੈਨੂੰ ਹੁਣ ਪਤਾ ਲੱਗਿਆ ਵੀ ਮੈਂ ਇੰਨੀ ਅੱਛੀ ਤਾਂ ਮੈਂ ਹੈ ਨਹੀਂ ਸੀ, ਟੂ ਬੀ ਵੈਰੀ ਫਰੈਂਕ। ਨਹੀਂ ਲੇਕਿਨ ਜਿਸ ਤਰੀਕੇ ਨਾਲ ਮੈਨੂੰ ਜਿਵੇਂ ਲੋਕਾਂ ਨੇ ਪਿਆਰ ਕੀਤਾ ਹੈ, ਮੈਂ ਆਮ ਰੀਅਲੀ ਮੈਂ ਰਿਣੀ ਨਹੀਂ ਚੁਕਾ ਸਕਦੀ। ਆਈ ਐਮ ਗ੍ਰੇਟਫੁਲ ਟੂ ਆਲ ਮਾਈ ਆਡੀਅੰਸ, ਆਲ ਮਾਈ ਆਲ ਓਵਰ ਦਾ ਵਰਲਡ, ਜਿਹੜੇ ਨੇ ਮੈਨੂੰ ਦੋ ਲਫਜ਼ ਵੀ ਕਹੇ ਨੇ ਨਾ, ਲਿਖਿਆ ਵੀ ਹੈ ਕੰਗ੍ਰੈਚੁਲੇਸ਼ਨ, ਮੈਂ ਉਹਨਾਂ ਦੀ ਵੀ ਰਿਣੀ ਹੈਗੀ ਹਾਂ ਵੀ ਮੈਨੂੰ, ਮੈਂ ਤਾਂ ਇੰਨਾ ਕੁਛ ਕੀਤਾ ਨਹੀਂ, ਕਿਸੇ ਲਈ ਤਾਂ ਕੁਛ ਕੀਤਾ ਨਹੀਂ ਨਾ, ਮੈਂ ਆਪਣੇ ਲਈ ਆਪ ਹੀ ਕਰਦੀ ਰਹੀ ਹਾਂ। ਪਰ ਜੇ ਉਹਨਾਂ ਨੂੰ ਮੇਰੇ 'ਤੇ ਕੁਛ ਖੁਸ਼ੀ ਮਿਲੀ ਹੈ ਤਾਂ ਆਈ ਐਮ ਥੈਂਕਫੁਲ ਟੂ ਦੈਮ। ਸਭ ਤੋਂ ਜ਼ਿਆਦਾ ਖੁਸ਼ੀ ਕਿਸ ਗੱਲ ਦੀ ਹੁੰਦੀ ਹੈ ਤੁਹਾਨੂੰ, ਜਾਂ ਸਭ ਤੋਂ ਜ਼ਿਆਦਾ ਦੁੱਖ ਕਿਸ ਗੱਲ ਦਾ ਹੁੰਦਾ? ਦੋਵੇਂ ਚੀਜ਼ਾਂ ਦੁੱਖ ਹੁੰਦਾ ਜਦੋਂ ਟੱਬਰ ਟੁੱਟਦੇ ਨੇ, ਟੱਬਰ ਟੁੱਟਦੇ ਨੇ ਨਾ, ਮੈਨੂੰ ਅੱਛਾ ਨਹੀਂ ਲੱਗਦਾ। ਮੈਂ ਕਹਿੰਦੀ ਹਾਂ ਭਾਵੇਂ ਰੁੱਖੀ ਰੋਟੀ ਖਾ ਲਓ, ਇਕੱਠੇ ਰਹੋ, ਕੋਈ ਕਹਿੰਦਾ ਨਹੀਂ ਅਸੀਂ ਮੈਡਮ ਇੰਨੇ ਫੈਮਿਲੀ 'ਚ ਇਕੱਠੇ, ਮੈਂ ਕਹਿੰਦਾ ਸ਼ੁਕਰ, ਥੈਂਕ ਯੂ, ਵੈਰੀ ਗੁੱਡ, ਵੈਰੀ ਗੁੱਡ। ਬਸ ਇਹ ਵਿਰਸਾ ਹੀ ਰਿਹਾ ਕਿ ਸਾਰਾ ਵੱਡਾ ਟੱਬਰ, ਹਾਂਜੀ ਤਾਏ ਚਾਚੇ ਸਾਰੇ ਇਕੱਠੇ ਹੁੰਦੇ, ਹਾਂਜੀ ਹਾਂ, ਲੇਕਿਨ ਹੁਣ ਤਾਂ ਵਿੱਚ ਹੁਣ ਟੱਬਰ ਟੁੱਟ ਗਏ ਜੀ, ਬਸ ਟੱਬਰ ਰਹਿ ਗਏ, ਕੋਈ ਮਤਲਬ ਖਿਆਲ ਹੀ ਨਹੀਂ ਇੱਕ ਦੂਸਰੇ ਦਾ, ਇਹ ਹਾਲਤ ਹੋ ਗਈ ਹੈ। ਔਰ ਖੁਸ਼ੀ ਕਿਸ ਗੱਲ ਦੀ ਹੁੰਦੀ ਸਭ ਤੋਂ? ਖੁਸ਼ੀ ਜਦੋਂ ਬਈ ਸਾਰੇ ਜਣੇ ਇਕੱਠੇ ਰਹਿੰਦੇ ਆ, ਜਦੋਂ ਅਸੀਂ ਹੁਣ ਸਾਰੇ ਜਣੇ ਅਸੀਂ ਇਕੱਠੀਆਂ ਆ ਜਾਂਦੀਆਂ ਨਾ, ਫਿਰ ਸਾਨੂੰ ਬੜਾ ਅੱਛਾ ਲੱਗਦਾ ਵੀ ਚਲੋ ਇੱਕ ਦੂਸਰੇ ਨਾਲ ਦੁੱਖ ਸੁੱਖ ਵੀ ਕਰ ਲੈਂਦੇ ਹਾਂ, ਚੰਗੀਆਂ ਗੱਲਾਂ ਮਾੜੀਆਂ ਗੱਲਾਂ ਅਸੀਂ ਜੋ ਗੱਲ ਗੁੱਲ ਕਰ ਲੈਂਦੇ ਸਾਰੀ ਕਰ ਲੈਂਦੇ ਹਾਂ। ਅਸੀਂ ਜਦੋਂ 5-7 ਫਰੈਂਡ ਹੈਗੇ ਹਾਂ ਥੀਏਟਰ ਦੇ ਹੀ ਡਰਾਮੇ ਫਿਲਮ ਦੇ, ਫਿਰ ਸਾਨੂੰ ਅੱਛਾ ਲੱਗਦਾ। ਤੁਹਾਨੂੰ ਕੀ ਲੱਗਦਾ, ਕਿਉਂਕਿ ਸੀਐਮ ਸਾਹਿਬ ਵੀ ਤੁਹਾਨੂੰ ਦੇਖ ਰਹੇ ਹੋਣੇ ਆ, ਕੇਂਦਰ ਸਰਕਾਰ ਵੀ ਦੇਖਦੀ, ਕਿ ਜਿਹੜੇ ਆਰਟਿਸਟ ਨੇ ਕਲਾਕਾਰ ਨੇ ਉਹਨਾਂ ਲਈ ਸਰਕਾਰ ਕੀ ਕਰ ਸਕਦੀ ਹੈ? ਕੀ ਅਜਿਹੇ ਚੀਜ਼ ਜਿਹੜੀ ਮਤਲਬ ਮੈਂ ਸੁਣਿਆ ਸੀ ਜਿਹੜੀ ਹਰਿਆਣਾ ਸਰਕਾਰ ਕਰਦੀ ਹੈ, ਪਰ ਹੁਣ ਸਾਡੀ ਸਰਕਾਰ ਵੀ ਮੈਨੂੰ ਲੱਗਦਾ ਵੀ ਕਰਨਗੇ ਮਾਨ ਸਾਹਿਬ, ਵੀ ਇਹਨਾਂ ਨੂੰ ਥੋੜ੍ਹੀ ਸਪੋਰਟ ਮਿਲਣੀ ਚਾਹੀਦੀ ਹੈ ਗਵਰਨਮੈਂਟ ਵੱਲੋਂ ਆਰਟਿਸਟ ਨੂੰ, ਵੀ ਕੋਈ ਬਿਮਾਰ ਹੋ ਜਾਵੇ, ਹੋਰ ਹੋ ਜਾਵੇ, ਕਰਦੀ ਵੀ ਹੈ ਅਤੇ ਵੀ ਕੋਈ ਢਿੱਲਾ ਮਿੱਸਾ ਹੋ ਜਾਵੇ, ਕਿਉਂਕਿ ਹੁਣ ਅਸੀਂ ਤਾਂ ਘਰ ਘੁਰ ਛੱਡੀ ਬੈਠੇ ਹਾਂ, ਸਾਡੇ ਤਾਂ ਸਾਰੇ ਇਹੀ ਘਰ ਹੈ, ਫਿਲਮ ਇੰਡਸਟਰੀ ਘਰ ਹੈ, ਫਿਰ ਸਾਡੇ ਵਰਗਿਆਂ ਨੂੰ ਤਾਂ ਇੰਨਾ ਪੈਸਾ ਪੂਸਾ ਵੀ ਨਹੀਂ ਮਿਲਦਾ, ਵੀ ਠੀਕ ਠੀਕ ਹੈ ਜਿੰਨਾ ਵੀ ਲੈਂਦੇ ਹਾਂ ਵਧੀਆ ਚੱਲ ਰਿਹਾ, ਪਰ ਫਿਰ ਵੀ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ। ਜਿਵੇਂ ਹੁਣ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਮੋਦੀ ਸਾਹਿਬ ਨੇ ਅਤੇ ਆਪਣੇ ਇਕਬਾਲ ਜੀ ਲਾਲਪੁਰਾ ਨੇ ਰਿਕਮੈਂਡ ਕੀਤਾ ਪੰਜਾਬ ਲਈ, ਖੁਸ਼ ਹੋਏ ਹਾਂ ਵੀ ਇੱਕ ਰਸਤਾ ਖੋਲ੍ਹਤਾ, ਵੀ ਸਾਨੂੰ ਵੀ ਇਹ ਕੁਛ ਹੋ ਸਕਦਾ, ਸਾਡੇ ਨਾਲ ਵੀ ਪਦਮ ਸ਼੍ਰੀ ਸਾਨੂੰ ਵੀ ਮਿਲ ਸਕਦਾ। ਇੱਕ ਮਤਲਬ ਸੋਹਣੀ ਗੱਲ ਕੀਤੀ ਹੈਗੀ ਜਿਹਦੇ 'ਚ ਸਾਨੂੰ ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਵੀ ਹੈਲਪ ਕਰਨ ਦੀ। ਦੂਸਰੇ ਵੀ ਕਿਉਂਕਿ ਇੱਕ ਸਮਾਂ ਸੀ ਕਿ ਪੰਜਾਬੀ ਫਿਲਮਾਂ ਥੀਏਟਰ ਤੇ ਚੱਲਦੀਆਂ ਨਹੀਂ ਸੀ, ਅੱਜ ਕੈਨੇਡਾ ਵੀ ਚੱਲ ਰਹੀਆਂ, ਅਮਰੀਕਾ, ਇੰਗਲੈਂਡ, ਹਰ ਜਗ੍ਹਾ ਚੱਲ ਰਹੀਆਂ, ਲੇਕਿਨ ਜਦੋਂ ਅਸੀਂ ਸਾਊਥ ਨਾਲ ਕੰਪੈਰੀਜ਼ਨ ਕਰੀਦਾ, ਸਾਊਥ ਵਾਲੇ ਇੱਕ ਵੱਖਰੇ ਲੈਵਲ ਤੇ ਪਹੁੰਚ ਗਏ, ਬਾਲੀਵੁੱਡ ਵੀ ਉਹਨਾਂ ਨੇ ਫੇਲ ਕਰ ਦਿੱਤਾ, ਤੁਹਾਨੂੰ ਲੱਗਦਾ ਕਿ ਸਾਊਥ ਤੇ ਆਪਾਂ ਪਹੁੰਚ ਪਾਵਾਂਗੇ ਉਸ ਮੁਕਾਬਲੇ ਤੇ, ਅਸੀਂ ਪਹੁੰਚ ਪਾਵਾਂਗੇ? ਦੇਖੋ ਜੀ, ਜ਼ੋਰ ਤਾਂ ਲੱਗ ਰਿਹਾ ਸਾਡੇ ਪੰਜਾਬੀ ਇੰਡਸਟਰੀ ਦਾ, ਪਰ ਦੇਖੋ ਪਰ ਸਾਡੇ ਨਾ ਨੁਕਤਾਚੀਨੀ ਬਹੁਤ ਹੈ, ਮਾਫ਼ ਕਰਨਾ, ਮੈਨੂੰ ਕਹਿਣਾ ਨਹੀਂ ਚਾਹੀਦਾ ਵੀ ਕੋਈ ਵੀ ਕੰਮ ਕਰੋ, ਸਾਡੇ ਹੁਣ ਮੁੰਡੇ ਵਿਚਾਰੇ ਬਾਹਰ ਚਲੇ ਗਏ ਆ ਸਿੰਗਰ, ਉਹ ਉਹਨਾਂ ਨੂੰ ਕੁਛ ਹੈ ਇੱਥੇ ਜਿਵੇਂ ਕੋਈ ਧਮਕੀਆਂ ਧਮਕੀਆਂ ਦੇ ਦਿੰਦਾ ਹੋ ਰਿਹਾ, ਪਰ ਅਸੀਂ ਪੰਜਾਬ ਨੂੰ ਸੋਹਣਾ ਬਣਾ ਸਕਦੇ ਹਾਂ, ਅਸੀਂ ਆਪ ਪੰਜਾਬੀ ਸਾਰੇ ਪੰਜਾਬੀ ਰਲ ਕੇ ਇਸ ਪੰਜਾਬ ਨੂੰ ਬਹੁਤ ਵੱਡਾ ਬਣਾ ਸਕਦੇ ਹਾਂ, ਸੋਨੇ ਦੀ ਚਿੜੀਆਂ ਹੀ ਬਣਾ ਸਕਦੇ ਹਾਂ, ਕਿਉਂਕਿ ਇੰਨੇ ਮੁਲਕਾਂ 'ਚ ਸਾਡੇ ਪੰਜਾਬੀ ਬੈਠੇ ਨੇ,
ਕੀ ਨਹੀਂ ਕੀਤਾ ਪੰਜਾਬੀਆਂ ਨੇ ਜੀ, ਕਿਹੜੀ ਕਿਹੜੀ ਕਿੱਥੇ ਕਿੱਥੇ ਰਾਜ ਨਹੀਂ ਕੀਤਾ ਪੰਜਾਬੀਆਂ ਨੇ, ਅਤੇ ਹੁਣ ਪੰਜਾਬ ਦਾ ਅਸੀਂ ਆਪਣਾ ਹਾਲ ਆਪ ਹੀ ਖਰਾਬ ਨਾ ਨਾ ਕਰੀਏ। ਤੁਸੀਂ ਤਾਂ ਉਸ ਏਰੀਏ ਤੋਂ ਵੀ ਆਉਂਦੇ ਹੋ ਜਿੱਥੇ ਸਿੱਧੂ ਮੂਸੇਵਾਲਾ ਸੀ, ਕਦੀ ਮਿਲੇ ਸੀ ਜਾਂ ਗੱਲਬਾਤ ਹੋਈ ਸੀ? ਨਹੀਂ, ਉਹਨੇ ਮੈਨੂੰ ਇੱਕ ਵਾਰੀ ਬੁਲਾਇਆ ਸੀ, ਫਿਰ ਮੈਂ ਗਾਣੇ 'ਚ ਪਾਰਟੀਸਪੇਟ, ਫਿਰ ਉਹਨੇ ਬੁਲਾਇਆ ਸੀ, ਫਿਰ ਮੇਰੇ ਕੋਲ ਟਾਈਮ ਹੈ ਨਹੀਂ ਸੀ, ਮੈਂ ਗਈ ਨਹੀਂ ਸੀ, ਜਿਵੇਂ ਮੇਰੀ ਸ਼ੂਟਿੰਗ ਚੱਲ ਰਹੀ ਸੀ। ਲੇਕਿਨ ਉਸ ਇਲਾਕੇ ਦਾ ਉਹਨੇ ਬਹੁਤ ਨਾਮ, ਹਾਂ ਨਾਮ ਬਹੁਤ ਕੀਤਾ ਜੀ, ਆਲ ਓਵਰ ਵਰਲਡ ਇੰਨਾ ਵੱਡਾ ਨਾਮ ਕੀਤਾ ਉਹਨਾਂ ਨੇ। ਕਿੰਨਾ ਉਦੋਂ ਦੁੱਖ ਹੋਇਆ, ਕਿੰਨਾ ਜਦੋਂ ਪਤਾ ਲੱਗਾ ਹੋਇਆ, ਮਾਂ ਦਾ ਮਾਂ ਬਾਪ ਦਾ ਇਕੱਲਾ ਪੁੱਤ ਸੀ ਜੀ, ਇਉਂ ਨਹੀਂ ਕਰਨਾ ਚਾਹੀਦਾ ਸੀ, ਪਰ ਉਹ ਹੁਣ ਉਹ ਜਾਣੇ ਜਾਂ ਬਾਕੀ ਜਾਣੇ, ਆਪਾਂ ਕੀ ਕਹਿ ਸਕਦੇ। ਤੁਸੀਂ ਧਮਕੀਆਂ ਦਾ ਜ਼ਿਕਰ ਕੀਤਾ, ਤੁਹਾਨੂੰ ਕਦੀ ਧਮਕੀ ਆਈ ਜਾਂ ਪੈਸੇ ਮੰਗੇ ਕਦੀ? ਸਾਡੇ ਕੋਲ ਇੰਨੇ ਪੈਸੇ ਨਹੀਂ ਹੁੰਦੇ, ਜਾਂ ਬੇਬੇ ਨੇ ਬੰਦੂਕ ਕੱਢ ਕੇ ਦਿਖਾ ਦਿੱਤੀ ਕਿ ਆਹ ਦੇਖ ਲੈ ਫਿਰ ਆ ਜਾ ਫਿਰ ਆਮੋ ਸਾਹਮਣੇ। ਨਹੀਂ, ਮਤਲਬ ਮੈਂ ਧਮਕੀਆਂ ਦੀ ਵੀ ਗੱਲ ਨਹੀਂ ਕਰਦੀ, ਵੀ ਸਾਨੂੰ ਕੁਛ ਵੀ ਹੈ ਜੇ ਕੋਈ ਮਿਹਨਤ ਕਰਕੇ ਕਮਾਉਂਦਾ ਹੈ ਤਾਂ ਉਹਦੇ ਮਗਰ ਨਾ ਪਾਓ, ਵੀ ਤੁਸੀਂ ਕਮਾ ਲਓ, ਬਾਕੀ ਤੁਸੀਂ ਪਿਆਰ ਨਾਲ ਗੱਲ ਕਰ ਲਓ, ਮਾਰਨ ਦੀ ਤਾਂ ਗੱਲ ਨਹੀਂ ਨਾ ਹੋਣੀ ਚਾਹੀਦੀ। ਇੰਨੇ ਪੰਜਾਬੀਆਂ ਦੀ ਰੂਹ ਹੀ ਇਹੋ ਜਿਹੀ ਹੈਗੀ ਹੈ ਵੀ ਕਿਸੇ ਨੂੰ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਲਓ ਵੀ ਕਿਸੇ ਨੂੰ ਤਕਲੀਫ ਨਹੀਂ ਦੇਣੀ, ਦੁੱਖ ਨਹੀਂ ਦੇਣਾ, ਪਰ ਅੱਜ ਕੱਲ੍ਹ ਤਾਂ ਧਮਕੀਆਂ ਸਿੰਗਰਾਂ ਨੂੰ ਦੇ ਰਹੇ ਆ, ਸਾਰਿਆਂ ਨੂੰ ਦੇ ਰਹੇ ਆ। ਉਹ ਬਸ ਉਹਨਾਂ ਪਤਾ ਨਹੀਂ ਉਹਨਾਂ ਦਾ ਕੋਈ ਹੋਰ ਸਿਲਸਿਲਾ ਐਸਾ ਜੀ, ਆਪਾਂ ਕੀ ਜਾਣ ਸਕਦੇ ਹਾਂ ਇਹਨਾਂ ਚੀਜ਼ਾਂ। ਚਲੋ, ਤੁਹਾਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਸਾਨੂੰ ਸਮਾਂ ਦਿੱਤਾ, ਔਰ ਹਰ ਪੰਜਾਬੀ ਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ, ਔਰ ਹਰ ਕਿਸੇ ਨੇ ਕਿਹਾ ਕਿ ਇਹ ਸਭ ਤੋਂ ਜ਼ਿਆਦਾ ਡਿਜ਼ਰਵ ਕਰਦੇ ਸੀ। ਥੈਂਕ ਯੂ ਜੀ, ਥੈਂਕ ਯੂ ਬੇਬੀ ਜੀ। ਤੁਹਾਨੂੰ ਇਹ ਗੱਲਬਾਤ ਕਿਹੋ ਜਿਹੀ ਲੱਗੀ ਜ਼ਰੂਰ ਦੱਸੋ। ਫਿਲਹਾਲ ਮੈਨੂੰ ਅਤੇ ਮੇਰੇ ਸਾਥੀ ਅਜੇ ਨੂੰ ਦਿਓ ਇਜਾਜ਼ਤ, ਧੰਨਵਾਦ।